मेरे बैंड ने तो बड़ा बहुत स्पॉन्सर किया सी आई डी वीडियो साडी कुछ इस तरह कि मेरे बैंड भी देख रहे होंगे असि साग बना लगे हैं काफी दिन हो गए सी साग बना सी का ते हमारी बेटी गाड़ी बनानी है भाई से लेके आया हूं इब्तिदा है मेरी सदा खुश रहो यही दुआ है मेरी माशाल्लाह अल्लाह खैर करे असि अज लगे हैं भाई जी साग पकाउन मक्खन भी औखा मेरा दूर डाल्टा पा के भाई गुजारा करांगे इंशाल्लाह ਯਾਲਾ ਖੈਰ ਕੇ ਡਾਲਟਾ ਹੀ ਪਾਇਆ ਹੋਵੇ ਦੇਸੀ ਨੂੰ ਪਰਾਂ ਕਰ ਦਿੰਦਾ ਜੇ ਸਾਗ ਤੁਲ ਗਿਆ ਹੋਵੇ ਤੇ ਚਾਸ ਨਾ ਪਕਾਇਆ ਹੋਵੇ ਤਾਂ ਬੇਸ਼ੱਕ ਬੇਸ਼ੱਕ ਹੈ ਅੱਲਾ ਪਾਕ ਖੈਰ ਹੋ ਲਿਆ ਮੈਂ ਦਾਤਾਂ ਲੀਆਂ ਮੇ ਕੋ ਪਾਟ ਮੇਰਾ ਗੱਲ ਪਾਪੀ ਆਪਣੇ ਨੇ ਸਾਗ ਤੁਲ ਗਿਆ ਨਹੀਂ ਭਾਈ ਇਹ ਸਾਗ ਮਗਾਇਆ 96 ਚੱਕ ਅੱਛਾ ਜਾਦੀ ਕੋ ਅੱਛਾ ਦਾਤ ਕੋਲੋਂ ਉੱਥੇ ਛੁੱਟੀ ਲੈ ਕੇ ਆ ਗਿਆ ਆਹੋ ਬਾਜੀ ਆਇਰਾ ਮੁੰਡਾ ਜਰਦਾ ਨੌਕਰੀ ਹਾਂ ਉੱਥੇ ਨੌਕਰੀ ਕਰਦਾ ਤੇ ਉਹਨੇ ਚੋਰੀਆਂ ਦੇ ਸਾਗ ਬਹੁਤ ਸੀ ਤੇ ਮੈਂ ਉਹਨੂੰ ਕਿਹਾ ਕੱਲ ਕਿ ਤੇ ਮਾਮੀ ਇਹਦੀ ਨੇ ਕਹਿਤਾ ਸਾਗ ਬਾਬੀ ਜੀ ਸਾਗ ਤੁਸੀਂ ਦਾਤ ਨਾ ਕੱਟੋ ਨਾ ਪਾਲਕ ਸਾਗ ਬੇਟਾ ਮੇਰੇ ਕੋਲ ਨਹੀਂ ਨਾ ਵਹਿ ਹੁੰਦਾ ਅੱਛਾ ਸਾਗ ਉਹ ਤੇ ਦਾਤ ਪਿਆ ਸਾਹਮਣੇ ਦਾਤ ਨਾਲ ਜੋੜ ਨਹੀਂ ਲੱਗਦਾ ਨਹੀਂ ਕੱਟ ਹੁੰਦਾ ਮੈਂ ਛਰੀ ਨਾਲੇ ਕੱਟਦੀ ਹੋਵੇ ਨਾ ਦੂਸਰੀ ਮਸ਼ੀਨ ਉਹ ਤਾਂ ਬੰਦਾ ਵਿੱਚ ਦੇ ਦੇ ਕੇ ਉਹਨਾਂ ਦਾ ਬੰਦਾ ਕਰ ਲੈਂਦਾ ਨਾ ਗੁਦਰਾਂ ਇਹਦੇ ਨਾਲ ਮੇਰੇ ਕੋ ਕੱਟ ਨਹੀਂ ਹੁੰਦਾ ਮੈਂ ਤਾਂ ਨਹੀਂ ਕੱਟਦੀ ਨਹੀਂ ਤੇ ਦਾਤ ਤਾਂ ਜੀ ਹੁਣ ਅਸਰ ਅੱਗੋਂ ਮੌਸਮ ਆ ਗਿਆ ਸਾਗ ਦਾ ਕਿ ਹਜੇ ਤੇ ਨਿਜ਼ਾਮ ਨਹੀਂ ਹੈ ਹਾਂਜੀ ਹਾਂਜੀ ਤੇ ਐਸਾ ਐਸਾ ਜਿਵੇਂ ਜਿਵੇਂ ਅੱਲਾਹ ਪਾਕ ਖੈਰ ਕਰੇ ਸਾਗ ਸ਼ੁਰੂ ਹੋ ਜਾਣਾ ਵਾ ਤੇ ਬਾਅਦ ਨੇ ਦੂਏ ਤੀਏ ਦਿਨ ਪਕਾਈ ਰੱਖਣਾ ਅੱਜ ਅਸੀਂ ਪਹਿਲੇ ਤਾਂ ਨਾ ਬਾਬੀ ਫਿਰ ਮਸ਼ੀਨ ਤਾਂ ਜ਼ਰੂਰੀ ਹੈ ਤੈਨੂੰ ਮਸ਼ੀਨ ਜ਼ਰੂਰੀ ਮੈਨੂੰ ਔਖਾ ਸਾਗ ਹੈ ਅੱਜ ਕੋਈ ਵੀ ਮਹੀਨਾ ਹੋ ਗਿਆ ਆਮਨਾ ਨੇ ਦੋ ਵਾਰੀ ਪਕਾਇਆ ਉਹਨੇ ਭੇਜਿਆ ਉਹ ਮਾਸ਼ਾਅੱਲਾ ਤੈਨੂੰ ਪਤਾ ਵਾ ਵੀ ਜਦੋਂ ਟੱਬਰਾ ਜੀਆਂ ਦੇ ਵਿੱਚ ਥੋੜਾ ਬਹੁਤਾ ਕੀ ਕਰਦਾ ਉਹ ਤੇ ਦਾਗ ਪਾਸ ਨਾ ਲਾ ਜਾਏਗਾ ਤੂੰ ਉਲਟ ਬੈਠੀ ਦੀ ਹੈ ਬੇਟਾ ਤੂੰ ਨਾ ਕੱਟ ਨਾ ਕੱਟ ਰਹਿਣ ਦੇ ਤੇ ਨਾਲ ਤੂੰ ਮੋਟਾ ਕੱਟਣ ਨਹੀਂ ਹੈ ਬਰੀਕ ਕੱਟੀ ਦਾ ਹੁੰਦਾ ਦਾਤ ਕਾਰੇ ਕਰਾਂਗੇ ਤੁਸੀਂ ਦਾਤ ਨਾਲ ਅੱਛਾ ਤੁਹਾਡੇ ਮਸ਼ੀਨ ਦੇ ਬਾਰੇ ਵੀ ਸੋਚ ਲਿਆਂਦਾ ਖੈਰ ਕਰੇ ਅੱਲਾ ਖੈਰ ਕਰੇ ਭਾਈ ਅੱਲਾ ਖੈਰ ਕਰੇ ਆਲੋ ਭਾਈ रोटी खाधी न्याणे ने खाधी ओ जांदे पे दोपहरे रोटी खान डे ताई मैं बड़े साग सूग रखे कस लिया साग तोड़ के लै कहती पुत साग फ्रिज पिया रखिया तू बह खा रोटी मैं नहीं ताई मैं खा के आया नहीं नहीं खा खा ਭੁੱਖ ਤਾਂ ਮੈਨੂੰ ਲੱਗੀ ਸੀ ਪਿੱਛੇ ਮੈਂ ਗੱਲ ਕਰਦਾ ਸੀ ਕਹਿਣ ਚਲੋ ਖਾ ਤੇ ਭਾਈ ਮੈਂ ਫੇ ਬਹਿ ਗਿਆ ਦੁਪਹਿਰ ਦਾ ਟਾਈਮ ਸੀ ਨਾਲ ਵੈਸੇ ਸਾਗ ਹੋਵੇ ਤੇ ਤੂੰ ਨਾ ਕਰ ਦੇ ਮੈਂ ਭਾਈ ਬਹਿ ਗਿਆ ਦੁਪਹਿਰ ਦਾ ਟਾਈਮ ਤੇ ਜਾਮ ਦਾ ਤੇ ਅੰਬਾਂ ਦੀ ਛਾਂ ਅੰਬਾਂ ਦੀ ਛਾਂ ਤੇ ਚਾਰ ਦਾ ਨਾਲ ਅੰਬ ਦੀ ਵਾਢੀ ਕੀਤੀ ਚਾਰ ਦੀ ਹਰੀ ਵਿੱਚ ਤੇ ਬੜੀ ਚਾਸ ਆਈ ਵਾਢੀ ਗਰਮੀ ਦਾ ਤਕਰੀਬਨ 1.5 ਕਿਲੋ ਦੀ ਗਣ ਵੱਡੀ ਸੀ ਫੇਰ ਬਹੁਤ ਅੱਛੀ ਹੈ ਭਾਈ ਬਹੁਤ ਅੱਛੀ ਹੈ ਅੱਛੇ ਬੰਦੇ ਦੀ ਕੀਤੀ ਉਹਨਾਂ ਦੀ ਕਣਕ ਬਹੁਤ ਸੰਗਣੀ ਹੈ ਮਾਬਾ ਦਾ ਤੇ ਜਦੋਂ ਤੋਂ ਲੋਕ ਭੈਣਾ ਭਰਾਵਾਂ ਨਾਲ ਰਲ ਕੇ ਬਹਿਣਾ सब तो अफजल अपने मां बाप नीज की तरबियत दिखा मां बाप सा सिर से जिंदा साया करते है अल्लाह मां बाप दिली दबार मां बाप अल्लाह पाक तंदुरुस्ती सेहत की जिंदगी दे मोहब्बत बहुत ज्यादा शुक्रिया भैन भरावान का अल्लाह पाक करना सारे भैन भरावान अपने दिमाग रखे तंदुरुस्ती सेहत वाली जिंदगी देवे साडी दिली दुआ।
इंशाल्लाह ताला अगला जो भी सीन होया अपना भरा मन जरूर शेयर करेंगे। भाभी ने बना रहे साग, अल्लाह अपना ख्याल करे। अगला जिला जिला भी सीन होंगे इंशाल्लाह अपने भरा भरा तब भी हम साग बना बाव फिर तो खोल देते और भी दे होने तो ना फैना साग है ना पालक नो साग पानी बाढ़ना है फिर सबल मिर्चियां मां ये ना वैसे तो बंदे तो ग्राइंडर कर लेंगे ते कहना नहीं चाहिए बार बार ग्राइंडर वाली मशीन भी हम कोई नहीं ते भाई ग्राइंडर कर कोटना हां जी ते कुंडी च पा कोटना ओ ही नहीं कुंडी है की माशाल्लाह कुटके दे विच पावांगे अदर की कुटांगे विच कुट के अदर भी लंदा वैसे पते भाजी ने ਇਹ ਹਕੀਕਤ ਬਾਤ ਐਸਾ ਨਹੀਂ ਆ ਅਸੀਂ ਵੀਡੀਓ ਵਿੱਚ ਇਹ ਗੱਲ ਤਾਂ ਕਰਦੇ ਆ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਭੈਣ ਭਰਾ ਵੱਡੇ ਆ ਇੱਜ਼ਤ ਦਿੰਦੇ ਆ ਪਿਆਰ ਦਿੰਦੇ ਆ ਮਾਸ਼ਾਅੱਲਾ ਅੱਲਾਹ ਪਾਕ ਸਮਝਦੇ ਆ ਤੇ ਇਸ ਤਰ੍ਹਾਂ ਰਲ ਮਿਲ ਕੇ ਰਹਿਣਾ ਚਾਹੀਦਾ ਸਾਰੇ ਭੈਣ ਭਰਾਵਾਂ ਸਲੋਕ ਜਿਹੜੀ ਬਦਫਾਕੀ ਹੁੰਦੀ ਨਾ ਇਨਸਾਨ ਨੂੰ ਬਹੁਤ ਦੂਰ ਲੈ ਜਾਂਦੀ ਹੈ ਰਿਜ਼ਕ ਵਿੱਚ ਵੀ ਘਾਟਾ ਹਾਂਜੀ ਭੈਣ ਭਰਾਵਾਂ 'ਚ ਬੰਦਾ ਮਿਲਣ ਜੋਗਾ ਨਹੀਂ ਕਿਸੇ ਨੂੰ ਤੇ ਇਹ ਇਸ ਤਰ੍ਹਾਂ ਨਹੀਂ ਹੁੰਦੀਆਂ ਇਸ ਤਰ੍ਹਾਂ ਭੈਣ ਭਰਾ ਰਲ ਕੇ ਬਹਿਣਾ ਅੱਛਾ ਸਲੋਕ ਕਿਸੇ ਨਾਲ ਕਰਨਾ ਇਹ ਜ਼ਿੰਦਗੀ ਹੈ ਯਾਰ ਇੱਕ ਭੈਣ ਭਰਾ ਕੋ ਥੋੜੀ ਤਕਲੀਫ ਆ ਕੋਈ ਦੁੱਖ ਆ ਕੋ ਵਾਧਾ ਘਾਟਾ ਤੇ ਉਹਨੂੰ ਬਹਿ ਕੇ ਦੱਸ ਸਕਦਾ ਨਾ ਬੰਦਾ ਦੂਸਰਾ ਇਸ ਤਰ੍ਹਾਂ ਹੀ ਯਾਰ ਆ ਕੰਮ ਤੂੰ ਗਲਤ ਕਰਦਾ ਪਿਆ ਆ ਕੰਮ ਇਦਾਂ ਨਾ ਕਰ ਆ ਕੰਮ ਇਦਾਂ ਕਰ ਆ ਕੋ ਤਰੀਕੇ ਨਾਲ ਗੱਲ ਹੋ ਤਰੀਕਾ ਵੀ ਤੇ ਉਹਨਾਂ ਨਾਲ ਗੱਲ ਕਰਨ ਦਾ ਬਿਨ ਤਰੀਕੇ ਤੇ ਗੱਲਾਂ ਜਿਹੜੀਆਂ ਉਹ ਤੇ ਫਿਰ ਬੰਦੇ ਨੂੰ ਬਹੁਤ ਦੂਰ ਲੈ ਜਾਂਦੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਅੱਲਾਹ ਭਲਾ ਕਰੇ ਭਾਈ ਅੱਲਾਹ ਭਲਾ ਕਰੇ ਜਿਹੜਾ ਕਰਦਾ ਉਹਨਾਂ ਅੱਲਾਹ ਪਾਕ ਨੂੰ ਅੱਲਾਹ ਭਲਾ ਕਰੇ ਅੱਲਾਹ ਨੂੰ ਤੰਦਰੁਸਤੀ ਦੇਵੇ ਅੱਲਾਹ ਉਹਨਾਂ ਨੂੰ ਹੋਰ ਤੌਫੀਕ ਦੇਵੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਕਿਸੇ ਦੇ ਬਾਰੇ ਨਹੀਂ ਬੁਰਾ ਸਿਰ ਮੱਥੇ ਤੇ ਭਾਈ ਸਿਰ ਮੱਥੇ ਤੇ ਐਸ਼ ਕਰੋ ਐਸ਼ ਕੋਈ ਕਿਸੇ ਨੂੰ ਗਲਤ ਕਹਿਣ ਦਾ ਕੋਈ ਫਾਇਦਾ ਨਹੀਂ ਹੈ ਹਾਂਜੀ ਦੇਖੋ ਮੇਰੀ ਗੱਲ ਸੁਣ ਕੋਈ ਸਾਨੂੰ ਗਲਤ ਕਹਿੰਦਾ ਨਾ ਕੋਈ ਵੀ ਆ ਅਗਰ ਅਸੀਂ ਉਹਨੂੰ ਕਹਿ ਦਾਂਗੇ ਤਾਂ ਉਹਦੇ ਸਾਡੇ ਫਰਕ ਨਹੀਂ ਕੋਈ ਰਹਿਣਾ ਭਾਜੀ ਬਿਲਕੁਲ ਜੀ ਸਮਝਦਾਰੀ ਇਹ ਜੀ ਹਾਂਜੀ 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 ਤੇ ਸਿਆਣੇ ਸੱਚ ਕਹਿੰਦੇ ਕਿ ਪਾਣੀ ਨੀਵੇਂ ਪਾਸੇ ਹਾਂਜੀ ਹੁੰਦਾ ਭੱਜ ਕੇ ਚੜ ਜਾਂਦਾ ਉੱਚੇ ਪਾਸੇ ਪਾਣੀ ਝਟਣਾ ਪੈਂਦਾ ਹੈ ਅੱਲਾਹ ਪਾਕ ਕਹਿੰਦਾ ਨਾ ਖੁਦ ਹੀ ਕੋ ਕਰ ਬਲਾਂ ਦਿੱਤਣਾ ਬਸ ਇਨਸਾਨ ਬਲਾਂ ਦੀ ਗੱਲ ਚਾਹੀਦਾ ਪਰ ਅਦਰੀ ਗੱਲ ਮੈਂ ਨਹੀਂ ਜਾਣੀ ਕੋਈ ਗੱਲ ਨਹੀਂ ਇਨਸ਼ਾਅੱਲਾ ਤਾਲਾ ਅੱਲਾਹ ਖੈਰ ਕਰਨਾ ਭਰਾਵਾਂ ਦੀ ਸਪੋਰਟ ਹੋਈ ਤੇ ਇਨਸ਼ਾਅੱਲਾ ਸੇ ਨਹੀਂ ਮਾਰਦੇ ਹਾਂ ਇਨਸ਼ਾਅੱਲਾ ਤਾਲਾ ਰੱਬ ਸੁਣਾ ਰਹਿਮਦਾ ਕਰੇ ਜਿਹੜੇ ਸਾਡੇ ਸਾਨੂੰ ਭੈਣ ਭਰਾ ਦੇ ਆ ਅੱਲਾਹ ਪਾਕ ਨੂੰ ਲੰਮੀਆਂ ਜ਼ਿੰਦਗੀਆਂ ਉਮਰਾਂ ਦੇਵੇ ਬਿਲਕੁਲ ਜੀ ਉਹਨਾਂ ਦੇ ਇਹਦੇ ਕੋਈ ਇਜ਼ਾਫਾ ਕਰੇ ਸਾਡੀ ਦਿੱਲੀ ਦੁਆ ਅੱਲਾਹ ਖੈਰ ਬਾਕੀ ਅਸੀਂ ਕੌਣ ਹੁੰਨਾ ਕਿਸੇ ਨੂੰ ਗੱਲ ਕਰਨ ਵਾਲੇ ਕੋਈ ਵੀ ਨਾ ਜੀ ਨਾ ਸਾਡੀ ਇੰਨੀ ਜ਼ਰੂਰਤ ਨਹੀਂ ਹੈ ਇਹ ਤੇ ਅੱਲਾਹ ਪਾਕ ਜਿਹੜੇ ਕਰਦੇ ਉਹਨਾਂ ਨੂੰ ਤਫੀਕ ਦੇਵੇ ਕਿਸੇ ਦੇ ਖਿਲਾਫ ਬੁਰੀ ਬਾਤ ਗਲਾਮੀ ਨਹੀਂ ਕਰਨੀ ਚਾਹੀਦੀ ਅੱਲਾਹ ਹਦਾਇਤ ਦੇਵੇ ਅੱਲਾਹ ਨੇਕ ਹਦਾਇਤ ਦੇਵੇ ਅੱਲਾਹ ਨੇਕ ਹਦਾਇਤ ਦੇਵੇ ਤੇ ਸਿੱਧੇ ਰਸਤੇ ਚੱਲਣ ਦੀ ਤਫੀਕ ਵੀ ਦੇਵੇ ਆ ਜਿਹੜੇ ਚੱਲਦੇ ਪਏ ਗਲਤ ਆਊਟ ਚੱਲਦੇ ਪਏ ਆ ਸਿਆਣੇ ਕਹਿੰਦੇ ਨਾ ਵੀ ਵੱਡੇ ਸ਼ਹਿਰਾਂ 'ਚ ਛੋਟੇ ਮੋੜ ਵੀ ਆਏ ਨੇ ਤਾਂ ਬਚ ਬਚਾ ਕੇ ਨਿਕਲ ਜਾਓ ਬਸ ਕੋਈ ਗੱਲ ਨਹੀਂ ਨਿਕਲਣਾ ਹੀ ਚਾਹੀਦਾ ਬਣਦਾ ਵੀ ਹੈ ਨਿਕਲਣਾ ਕਿਉਂਕਿ ਅੱਜ ਭਾਈ ਕੋਈ ਗੱਲ ਨਹੀਂ ਭਾਈ ਬਸ ਚੁੱਪ ਭਲੀ ਆ ਚੁੱਪ ਭਲੀ ਹਾਂ ਚੁੱਪ ਭਲੀ ਮੇਰੇ ਵੀ ਫਾਇਦਾ ਨਹੀਂ ਹੈ ਕਿਸੇ ਕਿਸਮ ਦੀ ਕੋਈ ਗੱਲ ਅੱਲਾਹ ਪਾਕ ਖੈਰ ਕਰੇ ਬਸ ਨਹੀਂ ਜੀ ਅਸੀਂ ਕਰੀਏ ਤੇ ਫਿਰ ਸਾਡੇ ਹੀ ਤੋਂ ਨਹੀਂ ਤਾਂ ਫਰਕ ਨਹੀਂ ਰਹਿ ਗਿਆ ਹੈ ਆਪ ਸਰਕਾਰ ਦਾ ਫਰਮਾਨ ਹੈ ਕਰ ਗਿਆ ਨਾ ਤੁਸੀਂ ਚੁੱਪ ਕਰ ਜਿਓ ਹੁੰਦਾ ਜਿਹੜਾ ਹੈ ਨਾ ਸਬਰ ਹੁੰਦਾ ਮੈਂ ਤੁਹਾਨੂੰ ਦਵਾਂਗਾ ਜ਼ਰ ਇਨਸ਼ਾਅੱਲਾ ਇਨਸ਼ਾਅੱਲਾ ਦੇਊਗਾ ਅੱਲਾ ਦਿੰਦਾ ਹੁੰਦਾ ਬੰਦਾ ਨਹੀਂ ਦੇਦਾ ਅੱਗੇ ਵੀ ਮੈਂ ਕਹਿੰਦਾ ਸਬਰ ਕੀਤੀ ਤਾਂ ਸਾਨੂੰ ਸਬਰ ਦਾ ਫਲ ਮਿਲ ਜਾਂਦਾ ਅੱਲਾ ਪਾਕ ਦੇ ਰਿਹਾ ਹੈ ਹੈ ਅੱਲਾ ਪਾਕ ਦੇ ਰਿਹਾ ਕੋਈ ਗੱਲ ਜਿਹੜੇ ਗੱਲਾਂ ਕਰੀ ਜਾਂਦੇ ਆ ਤੇ ਗਲਤ ਕਰਦੇ ਪਏ ਆ ਬਹਰਹਾਲ ਠੀਕ ਅੱਲਾ ਤਫੀਕ ਦੇਵੇ ਬਈ ਕਰਨ ਦੀ ਉਹਨਾਂ ਨੂੰ ਤੇ ਹਜੇ ਫਿਲਹਾਲ ਤਾਂ ਅਸੀਂ ਚੁੱਪਾਂ ਬੇਸ਼ੱਕ जज्बात गुस्सा हर चीज एक रोटी खा के सौंदा कोई किसी का खाना नहीं ना किसी ने कोई खान दिंदा लेकिन ये गल्लां यार सोचनी भाजी हुंदियां वा कोई कर जावे बस अपने कोल ना होवे इहदे विच अल्लाह भी राजी ते अल्लाह दा रसूल भी राजी ਨਹੀਂ ਜੀ ਹੁਣ ਅਸੀਂ ਕਰੀਏ ਤੇ ਫਿਰ ਉਹ ਸਾਡੇ ਹੀ ਤੇ ਫਰਕ ਹੀ ਕੋਈ ਨਹੀਂ ਰਹਿ ਗਿਆ ਨਹੀਂ ਨਹੀਂ ਕੋਈ ਰਹਿ ਗਿਆ ਅਸੀਂ ਕਰਨੀ ਹੀ ਨਹੀਂ ਹਾਂਜੀ ਨਹੀਂ ਕਰਨੀ ਹਜ਼ੂਰ ਪਾਕ ਜਾਂਦੇ ਸੀ ਨਾ ਡੇਲੀ ਅਸੀਂ ਇਹ ਗਲਤ ਗੱਲ ਕਰਕੇ ਮਾਪਿਆਂ ਦੀ ਤਰਬੀਅਤ ਬਣਾਣੀ ਨਾ ਹਾਂਜੀ ਤੇ ਜੇ ਸਾਨੂੰ ਥੋੜੀ ਅਕਲ ਹੋਵੇ ਤਾਂ ਅਸੀਂ ਗੱਲ ਕਰੀਏ ਨਾ ਇਦਾਂ ਹੀ ਅਸੀਂ ਆਪਣੇ ਮਾਪੇ ਦੀ ਤਰਬੀਅਤ ਅਗਲੇ ਕਹਿੰਦੇ ਮਾਪੇ ਨੇ ਤਰਬੀਅਤ ਅਸੀਂ ਦਿੱਤੀ ਹੈ ਫਾਇਦਾ ਹੀ ਨਹੀਂ ਹੈ ਭਾਜੀ ਗੱਲ ਕਰਨ ਦਾ ਸਾਡੇ ਸੋਹਣੇ ਨਾ ਹਜ਼ੂਰ ਪਾਕ ਡੇਲੀ ਲੰਘਦੇ ਨੇ ਗਲੀ ਵਿੱਚ ਦੀ ਹਾਂਜੀ ਤੂੰ ਲੰਘਦੇ ਸੀ ਤੇ ਇੱਕ ਔਰਤ ਸੀ ਤੇ ਉਹ ਡੇਲੀ ਨਾ ਉਹਨਾਂ ਤੇ ਕੂੜਾ ਉਤਾੜ ਰੱਖਦੀ ਸੀ ਕਦੋਂ ਆਉਣਾ ਉਹਨਾਂ ਨੇ ਉਹ ਜਦੋਂ ਲੱਗਦੇ ਗਲੀ ਵੇਚਦੀ ਉਹ ਤਾਂ ਕੂੜਾ ਛੱਡ ਦਿੰਦੀ ਸੀ ਐਦਾਂ ਹੀ ਗੱਲ ਤੇ ਆਹ ਸਰਕਾਰ ਚੁੱਪ ਕਰ ਟੁਰ ਪੈਂਦੇ ਚੁੱਪ ਕਰਕੇ ਹੱਸਦੇ ਚੱਲੇ ਜਾਂਦੇ ਸੀ ਚੁੱਪ ਕਰਕੇ ਮਾਸ਼ਾਅੱਲਾ ਜਦੋਂ ਉਹ ਜਾਂਦੇ ਸੀ ਉਹ ਇੱਕ ਐਸਾ ਦਿਨ ਆਇਆ ਕਿ ਔਰਤ ਬਿਮਾਰ ਹੋ ਗਈ ਜ਼ੂਰ ਪਾਕ ਲੰਘੇ ਉੱਥੋਂ ਦੀ ਤੇ ਉਹ ਔਰਤ ਨੇ ਕੂੜਾ ਨਾ ਸਿੱਟਿਆ
जो ना सुटिया तो एक दिन लंघे दूजे दिन लंघे तीजे दिन कहते भी औरत कूड़ा नहीं सड़ती सड़ते कूड़ा नहीं सड़ती जाके औरत का पता किया जाए औरत का पता किया जी वह बीमार है आप हजूर पाक तोड़ वो घर जाके बीमार का पता कर गए जो पता कर गए तो हजूर पाक अखा नीवियां हो गई वेख के कि मैं तो इन्हें कूड़ा सड़ती गई हाँ हैं ये मेरा पता करना है पे उन्हें उत्थे कलमा पढ़ के ला इला इला मुहम्मद रसूल अल्लाह साग हूं ऐतक ਇਹ ਤਾਂ ਸੋਭਿਆ ਇਸ ਤਰ੍ਹਾਂ ਪੈਣਾ ਨਹੀਂ ਹੇਠਾਂ ਕਿ ਉਹ ਪਾਣੀ ਮਾਸ਼ਾਅੱਲਾ ਸਾਗ ਨੂੰ ਸਵਾਰ ਕੇ ਧੋਤਾ ਵਾ ਇੱਕ ਵਾਰੀ ਅਤੇ ਉਹਦੇ ਵਿੱਚ ਰੱਖ ਕੇ ਵੈਸੇ ਹੀ ਹੱਥ ਨਾਲ ਹੀ ਚੱਕ ਕੇ ਪਾਈਏ ਬੇਟਾ ਇੱਦਾਂ ਨਹੀਂ ਪਾਣੀ 'ਚੋਂ ਨਿਕਲਦਾ ਟਾਈਮ ਨਾਲ ਪੱਕ ਜਾਵੇ ਫਿਰ ਅੱਜ ਸ਼ੌਂਕ ਸੀ ਇਹਨਾਂ ਦਾ ਸਾਗ ਦਾ ਇਹ ਸਾਗ ਪਕਾ ਕੇ ਦਿਓ ਸਾਗ ਤਾਂ ਵਾ ਮਹੀਨਾ ਹੋ ਗਿਆ ਵਾ ਵੈਸੇ ਤਾਂ ਬਾਹਰ ਹੋਇਆ ਹੋਇਆ ਮਰੱਬਿਆਂ ਵਿੱਚ ਜ਼ਿਮੀਂਦਾਰਾਂ ਦੇ ਅਤੇ ਕੋਈ ਨਹੀਂ ਸੀ ਟਾਈਮ ਨਹੀਂ ਵਿਚਾਰਿਆਂ ਦਾ ਮਾਲ ਮੋਲ ਦਾ ਚਾਰਾ ਚੂਰਾ ਲੈਣ ਵਗ ਜਾਂਦੇ ਸਰਦੀ ਹੈਗੀ ਆ ਵਿੱਚੇ ਮਕਾਨਾਂ ਨੂੰ ਲੱਗੇ ਰਹੇ ਫਿਰ ਮਿਸਤਰੀਆਂ ਦੀ ਰੋਟੀ ਰੋਟੀ ਜਲਦੀ ਜਲਦੀ ਸਬਜ਼ੀ ਲੈ ਕੇ ਪਕਾ ਪੂ ਲਈਦੀ ਸੀ ਆਖੀ ਦੇ ਚੱਲ ਖੈਰ ਗੁਜ਼ਾਰਾ ਕਰਦੇ ਹਾਂ ਵਿਹਲੇ ਹੋ ਕੇ ਪਕਾਵਾਂਗੇ ਅਤੇ ਅੱਜ ਵਸੀਮ ਅਲੀ ਨੂੰ ਅੱਲਾ ਦੇਵੇ ਤੰਦਰੁਸਤੀ ਅਤੇ ਉਹਨਾਂ ਨੇ ਜਾ ਕੇ ਸੁਬਾ ਸੁਬਾ ਲਿਆਂਦਾ ਇੰਨੀ ਤਰੇਲ ਸੀ ਜ਼ਿਆਦਾ ਉਹਦਾ ਨਹੀਂ ਸਾਗ ਅੱਜ ਪਕਾ ਲਈਏ ਨਾ ਹਾਂਜੀ ਕਹਿੰਦਾ ਅੱਬੀ ਜੀ ਸਾਗ ਹੀ ਪਕਾਓ ਮੈਂ ਕਿਹਾ ਚਲੋ ਬੇਟਾ ਸਾਗ ਪਕਾ ਲਈਏ ਕਾਫੀ ਦੇਰ ਹੋ ਗਈ ਸਾਗ ਨਹੀਂ ਪਕਾਇਆ ਹੈਗਾ ਅਤੇ ਹੁਣ ਮੈਂ ਥੋੜ੍ਹੀ ਪਾਲਕ ਵੀ ਧੋ ਲਵਾਂ ਧੋ ਕੇ ਵੀ ਵਿੱਚ ਐਡ ਕਰ ਦਿੰਦੇ ਅੱਲਾ ਪਾਕ ਖੈਰ ਕਰੂਗਾ ਨਾਲ ਪਾਲਕ ਵੀ ਇਹ ਵੀ ਨਾਲ ਹਾਂਜੀ ਹਾਂਜੀ ਅਸੀਂ ਅੱਗੇ ਵੀ ਬੇਟਾ ਇੱਕ ਵਾਰੀ ਧੋਤੀ ਹੈ ਹਾਂਜੀ ਹੁਣ ਦੂਸਰੀ ਵਾਰੀ ਧੋਣ ਨਹੀਂ ਆ ਸਪਰੇਆਂ ਬਹੁਤ ਜ਼ਿਆਦਾ ਹੁੰਦੀਆਂ ਵਾ ਮੈਂ ਤਾਂ ਧੋਤੇ ਤੋਂ ਬਗੈਰ ਕਦੀ ਕੋਈ ਸਬਜ਼ੀ ਵੀ ਦੋ ਤਿੰਨ ਦਫ਼ਾ ਮੈਂ ਧੋਣੀ ਹੁੰਦੀ ਫਿਰ ਪਾਉਣੀ ਹੈ ਤਮਾਸ਼ਾਲਾ ਬਾਲਟੀ ਭਰ ਕੇ ਪਾਣੀ ਜਿਹਦੇ ਵਿੱਚ ਰੱਖਿਆ ਹੁਣ ਵੀ ਪਾਣੀ 'ਚ ਧੋ ਕੇ ਸਵਾਰ ਕੇ ਮੈਂ ਫਿਰ ਪਕਾਉਣੀ ਹੈ थोड़ा थोड़ा बरीक मैं अगे आनी ना वसीम अली नु तोड़ना आंदा सी ना जाहद नु तोड़ना आंदा सी अल्लाह उन्हें तंदुरुस्ती देवे चल माशाल्लाह पुत मेहरबानी है लै आंदा कोई गल नहीं असि आप तोड़ के बना लिया वाला खैर कर साग सारा मैं ऐड कर दिता वा ते अल्लाह देवे तंदुरुस्ती हुण मैं लगी इहनू बंद करन माशाल्लाह खुला पतीला रखिया मैं खुले जल्दी जल्दी तैयार हो जूगा तंग भांडे च तां उबल जांदा वैसे पानी बाहर निकलता रहिंदा ते सोभिया कोई मोटी वसीम अली तुसी कोई पुत लकड़ लिया दो मैनू बाहरों मोटी लकड़ लिया मोटी के बाहरों फिर जल्दी पक जूगा बरीक लकड़ा नाल नहीं पकना है अगर मेरे भैन भाई पसंद है लाइक करिए शेयर करिए कमेंट पसंद लाजमी दसियो साड़ी अज की वीडियो किस तरह लगी मेरा नेक्स्ट वीडियो अपना बहुत ज़्यादा ख्याल रखिए अल्लाह हाफिज़।